ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਬੈਰੀ ਇੰਪੋਰਟੈਂਟ ਐਮਸੀਕਿਊਜ਼ ਦੋਸਤੋ ਜਿਵੇਂ ਕਿ ਐਂਟੀਟੀ ਪ੍ਰੀ ਪ੍ਰਾਇਮਰੀ ਦੇ ਸਿਲੇਬਸ ਦੇ ਵਿੱਚ ਚਾਈਲਡ ਡਿਵੈਲਪਮੈਂਟ ਦਾ ਪੋਰਸ਼ਨ ਹੈ ਉਹਦੇ ਨਾਲ ਸੰਬੰਧਿਤ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਕਰਵਾ ਚੁੱਕੇ ਆ ਨਵੀਆਂ ਲੈ ਕੇ ਆਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੁਹਾਡੇ ਪੇਪਰ ਦੇ ਪੁਆਇੰਟ ਹੋਊ ਤੁਹ ਲਾਹੇਵੰਦ ਹੋਣਗੇ ਆ ਦੋਸਤੋ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਆਦਰ ਚੈਨਲ ਨੇ ਜਿਹੜੀਆਂ ਗੱਲਾਂ ਜਿਹੜੇ ਪ੍ਰਸ਼ਨ ਤੁਹਾਨੂੰ 50 60 ਮਿੰਟਾਂ 'ਚ ਕਰਵਾਉਂਦੇ ਆ ਆਪਾਂ ਉਹ ਤੁਹਾਨੂੰ 5-7 ਮਿੰਟਾਂ 'ਚ 10-12 ਮਿੰਟਾਂ 'ਚ ਕਰਵਾ ਦਈਏ ਆਪਣੀ ਕੋਸ਼ਿਸ਼ ਦਾ ਮਤਲਬ ਇਹੀ ਆ ਆਪਣੀ ਮੁੱਖ ਜਿਹੜੀ ਵਿਚਾਰਧਾਰਾ ਉਹ ਇਹੀ ਆ ਵੀ ਤੁਹਾਡਾ ਪੇਪਰ ਪਾਸ ਹੋਣਾ ਚਾਹੀਦਾ ਤੁਸੀਂ ਸਕਸੈਸ ਹੋਣੇ ਚਾਹੀਦੇ ਹੋ ਆਪਣੀ ਲਾਈਫ ਦੇ ਵਿੱਚ ਸੋ ਸ਼ੁਰੂ ਕਰਦੇ ਆ ਪਹਿਲਾ ਪ੍ਰਸ਼ਨ ਆਪਾਂ ਕੋਸ਼ਿਸ਼ ਐਦਾਂ ਹੀ ਕਰਦੇ ਰਹਾਂਗੇ ਬਹੁਤ ਤੇਜ਼ ਤੇ ਤੁਹਾਨੂੰ ਜਿਹੜੀਆਂ ਸਿਧਾਂਤ ਨੇ ਜਿਹੜੇ ਮਨੋਵਿਗਿਆਨੀਆਂ ਦੇ ਜਿਹੜੀਆਂ ਥਿਉਰੀਜ਼ ਨੇ ਜਾਂ ਕੋਈ ਤੁਹਾਡੇ ਸਲੀਪਸ ਦੇ ਨਾਲ ਸੰਬੰਧਿਤ ਜਿਹੜਾ ਵੀ ਸਲੀਪਸ ਆ ਕੋਸ਼ਿਸ਼ ਕਰ ਜਲਦੀ ਜਲਦੀ ਤੁਹਾਨੂੰ ਪੂਰਾ ਕਰਵਾ ਦਿੱਤਾ ਜਾਵੇ ਸੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੋਸਤੋ ਡੈਸ਼ ਸ਼ਬਦ ਹੁਣ ਵਿਦਿਅਕ ਖੋਜ ਨੀਤੀ ਅਤੇ ਅਭਿਆਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਂਦੇ ਨੇ ਸੋ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਅਜਿਹੇ ਨੇ ਜਿਹੜੇ ਵਿਦਿਅਕ ਖੋਜ ਨੀਤੀ ਅਤੇ ਅਭਿਆਸ ਦੇ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਨੇ ਕਿਹੜੇ ਨੇ ਜੀ ਵਿਚਕਾਰਲੇ ਤੇ ਸੰਚਾਰ ਰੁਝਾਨ ਨੇ ਉਹ ਜਾਣਕਾਰੀ ਅਤੇ ਸੰਚਾਰ ਟੈਕਨੋਲੋਜੀ ਹੈ ਜਾਣਕਾਰੀ ਅਤੇ ਸੰਚਾਰ ਸ਼ਬਦਾਵਲੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਆਪਸ਼ਨ ਨੰਬਰ 2 ਸਹੀ ਹੈ ਜੀ ਜਾਣਕਾਰੀ ਅਤੇ ਸੰਚਾਰ ਟੈਕਨਾਲੋਜੀ ਇਹ ਸ਼ਬਦ ਨੇ ਜਿਹੜੇ ਇਹ ਵਿਦਿਆਕ ਖੋਜ ਨੀਤੀ ਅਤੇ ਅਭਿਆਸ ਵਿੱਚ ਵੱਡੇ ਪੱਧਰ ਤੇ ਵਰਤੇ ਜਾਂਦੇ ਨੇ ਅਗਲਾ ਪ੍ਰਸ਼ਨ ਦੇਖਦੇ ਆਂ 2 ਨੰਬਰ ਪ੍ਰਸ਼ਨ ਦੋਸਤੋ ਅਧਿਆਪਨ ਦੀ ਨਿਗਰਾਨੀ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਪੜ੍ਹਾਈ ਦੀ ਨਿਗਰਾਨੀ ਦਾ ਜਿਹੜਾ ਕੀ ਆ ਮੁੱਖ ਉਦੇਸ਼ ਕਿਹੜਾ ਹੋਣਾ ਚਾਹੀਦਾ ਪ੍ਰੀਖਿਆ ਵਿੱਚ ਸਫਲਤਾ ਲੈਣਾ ਸਕੂਲਾਂ ਸਕੂਲ ਸਹੂਲਤਾਂ ਦੀ ਸਹੀ ਵਰਤੋਂ ਪਾਠ ਕਰਮ ਤੋਂ ਬਾਹਰ ਆਉਣਾ ਵਿਦਿਆਰਥੀ ਭਲਾਈ ਦੀ ਸਹਾਇਤਾ ਸੋ ਅਧਿਆਪਨ ਦੀ ਨਿਗਰਾਨੀ ਦਾ ਮੁੱਖ ਆਦੇਸ਼ ਆਪਸ਼ਨ ਨੰਬਰ 4 ਸਹੀ ਹੈ ਜੀ ਵਿਦਿਆਰਥੀ ਭਲਾਈ ਦੀ ਸਹਾਇਤਾ ਤਿੰਨ ਨੰਬਰ ਪ੍ਰਸ਼ਨ ਦੋਸਤੋ ਨਿਗਰਾਨੀ ਮੁੱਖ ਤੌਰ ਤੇ ਹੋਣੀ ਚਾਹੀਦੀ ਹੈ ਸੋ ਦੋਸਤੋ ਨਿਗਰਾਨੀ ਹੇਠ ਲਿਖਿਆ ਜੋ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਰਚਨਾਤਮਕ ਅਤੇ ਸਿਰਜਣਾਤਮਕ ਹੋਵੇ ਰੋਗ ਥਾਮ ਅਤੇ ਸੁਧਾਰਕ ਹੋਵੇ ਰਚਨਾਤਮਕ ਅਤੇ ਨਾਜ਼ੁਕ ਹੋਵੇ ਰੋਗ ਥਾਮ ਅਤੇ ਗੰਭੀਰ ਵੀ ਹੋਵੇ ਸੋ ਨਿਗਰਾਨੀ ਹੈ ਜਿਹੜੀ ਉਹ ਮੁੱਖ ਤੌਰ ਤੇ ਰਚਨਾਤਮਕ ਅਤੇ ਸਿਰਜਣਾਤਮਕ ਹੋਣੀ ਚਾਹੀਦੀ ਹੈ অপਸ਼ਨ ਨੰਬਰ 1 ਸਹੀ ਹੈ ਜੀ ਪ੍ਰਸ਼ਨ ਦੇ ਅਕੋਰਡਿੰਗ 4 ਨੰਬਰ ਪ੍ਰਸ਼ਨ ਦੋਸਤੋ ਸਕੂਲ ਦੇ ਮੁੱਖ ਅਧਿਆਪਕ ਤੋਂ ਉਮੀਦ ਕੀਤੀ ਜਾਂਦੀ ਹੈ ਸੋ ਦੋਸਤੋ ਜਿਹੜਾ ਸਕੂਲ ਦਾ ਮੁੱਖ ਅਧਿਆਪਕ ਹੁੰਦਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਉਹ ਰੋਜ਼ਾਨਾ ਪ੍ਰਾਰਥਨਾ ਕਰੇ ਰੋਜ਼ ਮੀਟਿੰਗਾਂ ਕਰੇ ਬਸਟ ਤਿਆਰ ਕਰੇ ਅਧਿਆਨ ਦੇ ਕੋਰਸ ਨੂੰ ਅਮਲ ਵਿੱਚ ਲਿਆਉਣਾ ਸੋ ਆਪਾਂ ਮੁੱਖ ਅਧਿਆਪਕ ਤੋਂ ਉਮੀਦ ਕਰਦੇ ਆਪਸ਼ਨ ਨੰਬਰ 4 ਦੇ ਅਕੋਰਡਿੰਗ ਸਹੀ ਹੈ ਜੀ ਅਧਿਆਨ ਦੇ ਕੋਰਸ ਨੂੰ ਅਮਲ ਵਿੱਚ ਲਿਆਵੇ ਪ੍ਰੈਕਟੀਕਲ ਤੌਰ ਤੇ ਅਧਿਆਨ ਦੇ ਕੋਰਸ ਨੂੰ ਪੇਸ਼ ਕਰੇ ਅਗਲਾ ਪ੍ਰਸ਼ਨ ਦੇਖਦੇ ਆਂ 5 ਨੰਬਰ ਸੀਸੀਈ ਕੀ ਹੈ ਕੰਟੀਨਿਊਸ ਕੰਪਰੀਹੇਸ਼ਨ ఎవਾਲਿਊਸ਼ਨ ਕੀ ਹੈ ਜੀ ਸੈਂਟਰੀਫਿਗਲ ਅਤੇ ਵਿਆਪਕ ਵਾਤਾਵਰਣ ਕੰਪਾਸ ਅਤੇ ਵਿਆਪਕ ਮੁਲਾਂਕਣ ਨਿਰੰਤਰ ਅਤੇ ਵਿਆਪਕ ਮੁਲਾਂਕਣ ਆਪਸ਼ਨ ਨੰਬਰ 3 ਸਹੀ ਹੈ ਜੀ ਨਿਰੰਤਰ ਅਤੇ ਵਿਆਪਕ ਮੁਲਾਂਕਣ ਸੀਸੀਈ ਹੈ ਕੰਟੀਨਿਊਸ ਕੰਪਰੀਹੇਸ਼ਨ ਐਵੈਲੂਏਸ਼ਨ 6 ਨੰਬਰ ਪੀਲੀਆ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਜੀ ਪੀਲੀਆ ਰੋਗ ਹੈ ਜਿਹੜਾ ਉਹ ਸਰੀਰ ਦੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਆਪਾਂ ਨੂੰ ਪਤਾ ਹੈ ਜੀ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿਸੇ ਨੂੰ ਪੀਲੀਆ ਹੋ ਜਾਂਦਾ ਤਾਂ ਉਹ ਸਿੱਧਾ ਅਟੈਕ ਉਹਦੇ ਜਿਗਰ ਤੇ ਕਰਦਾ ਹੈ ਪੀ ਲਿਆ 7 ਨੰਬਰ ਪ੍ਰਸ਼ਨ ਦੋਸਤੋ ਸ਼ਬਦ ਸਿੱਖਿਆ ਸ਼ਬਦ ਦੀ ਸ਼ੁਰੂਆਤ ਕੀ ਹੈ ਸੋ ਦੋਸਤੋ ਸਿੱਖਿਆ ਸ਼ਬਦ ਦੀ ਸ਼ੁਰੂਆਤ ਪੁੱਛੀ ਗਈ ਹੈ ਐਡ ਐਂਡ ਗੇਟਮ ਐਜੂ ਐਂਡ ਕੇਟਮ ਐਜੂਕੇਟ ਸ਼ਬਦ ਤੋਂ ਇਹਨਾਂ ਵਿੱਚੋਂ ਕੋਈ ਨਹੀਂ ਆਪਸ਼ਨ ਨੰਬਰ 1 ਸਹੀ ਹੈ ਜੀ ਸਿੱਖਿਆ ਸ਼ਬਦ ਦੀ ਸ਼ੁਰੂਆਤ ਐਡ ਅਤੇ ਗੇਟਮ ਤੋਂ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਕਿਸੇ ਖਾਸ ਉਦੇਸ਼ ਨਿਸ਼ਚਿਤ ਆਪਦੀ ਅਤੇ ਜਗ੍ਹਾ ਤੋਂ ਬਿਨਾ ਪ੍ਰਾਪਤ ਕੀਤੀ ਸਿੱਖਿਆ ਨੂੰ ਕੀ ਕਹਿੰਦੇ ਨੇ ਜਿਹੜੀ ਜਿਹੜੀ ਸਿੱਖਿਆ ਦਾ ਕੋਈ ਉਦੇਸ਼ ਨਾ ਹੋਵੇ ਕੋਈ ਖਾਸ ਸਮੇਂ ਨਾ ਉਹਦੇ ਵਾਸਤੇ ਰੱਖਿਆ ਗਿਆ ਹੋਵੇ ਕੋਈ ਖਾਸ ਜਗ੍ਹਾ ਵੀ ਨਾ ਹੋਵੇ ਜੇ ਉਹ ਪ੍ਰਾਪਤ ਹੁੰਦੀ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਅਸਿੱਧੀ ਸਿੱਖਿਆ ਵਿਅਕਤੀਗਤ ਸਿੱਖਿਆ ਗੈਰ ਰਸਮੀ ਸਿੱਖਿਆ ਜਾਂ ਰਸਮੀ ਸਿੱਖਿਆ ਆਪਸ਼ਨ ਨੰਬਰ 3 ਸਹੀ ਹੈ ਜੀ ਅਜਹੀ ਸਿੱਖਿਆ ਨੂੰ ਗੈਰ ਰਸਮੀ ਸਿੱਖਿਆ ਕਹਿੰਦੇ ਨੇ ਜਦੋਂ ਅਸੀਂ ਸਕੂਲ 'ਚ ਜਾਂਦੇ ਹਾਂ ਇੱਕ ਖਾਸ ਸਮੇਂ ਦੇ ਵਿੱਚ ਅਸੀਂ ਸਕੂਲ 'ਚ ਰਹਨੇ ਆ ਇੱਕ ਸਾਡਾ ਖਾਸ ਉਦੇਸ਼ ਹੁੰਦਾ ਹੈ ਉਹ ਹੁੰਦੀ ਹੈ ਰਸਮੀ ਸਿੱਖਿਆ ਜਿਹੜੀ ਸਿੱਖਿਆ ਦਾ ਕੋਈ ਖਾਸ ਉਦੇਸ਼ ਨਾ ਹੋਵੇ ਵੈਸੀ ਅਸੀਂ ਕਿਤੇ ਗ੍ਰਹਿਣ ਕਰ ਲਈਏ ਕੋਈ ਸਮਾਂ ਵੀ ਨਿਸ਼ਚਿਤ ਨਾ ਹੋਵੇ ਜਗ੍ਹਾ ਵੀ ਨਿਸ਼ਚਿਤ ਨਾ ਹੋਵੇ ਸੋ ਉਹਨੂੰ ਗੈਰ ਰਸਮੀ ਕਹਿੰਦੇ ਆ ਆਪਸ਼ਨ ਨੰਬਰ 3 ਸਹੀ ਹੈ ਜੀ 8 ਪ੍ਰਸ਼ਨ ਦੇ ਅਕੋਰਡਿੰਗ 9 ਨੰਬਰ ਪ੍ਰਸ਼ਨ ਦੇਖਦੇ ਆ ਮਿੱਤਰੋ ਜੇ ਕੋਈ ਵਿਦਿਆਰਥੀ ਕਿਸੇ ਵੀ ਕਲਾਸ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸ ਨਾਲ ਕੀ ਕੀਤਾ ਜਾਣਾ ਚਾਹੀਦਾ ਉਸ ਨੂੰ ਸੁਧਾਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਦੇ ਸੁਧਾਰ ਹੋਣ ਤੋਂ ਬਾਅਦ ਅਗਲੀ ਜਮਾਤ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਉਸ ਨੂੰ ਉਸੇ ਜਮਾਤ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਉਸ ਨੂੰ ਪੜ੍ਹਾਈ ਛੱਡਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਆ ਉਪਰੋਕਤ ਸਾਰੇ ਤਰੀਕੇ ਸਹੀ ਨੇ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਜੇਕਰ ਕੋਈ ਬੱਚਾ ਕਿਸੇ ਖਲਾਸ ਵਿੱਚ ਫੇਲ ਹੋ ਜਵੇ ਤਾਂ ਉਹਨੂੰ ਸੁਧਾਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਉਸ ਦਾ ਸੁਧਾਰ ਹੋ ਜਾਵੇ ਉਸ ਤੋਂ ਬਾਅਦ ਉਹਨੂੰ ਅਗਲੀ ਕਲਾਸ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਅਗਲਾ ਪ੍ਰਸ਼ਨ 10 ਨੰਬਰ ਦੇਖਦੇ ਹਾਂ ਜੀ ਪਾਠ ਕਰਮ ਦੀਆਂ ਗਤੀਵਿਧੀਆਂ ਨੂੰ ਅਧਿਆਪਨ ਵਿੱਚ ਕਿਉਂ ਵਰਤਿਆ ਜਾਂਦਾ ਹੈ ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਪਾਠ ਕਰਮ ਦੀਆਂ ਜਿਹੜੀਆਂ ਗਤੀਵਿਧੀਆਂ ਨੇਗੀਆਂ ਉਹਨਾਂ ਨੂੰ ਅਧਿਆਪਨ ਵਿੱਚ ਕਿਉਂ ਵਰਤਿਆ ਜਾਂਦਾ ਹੈ ਸਿਖਾਉਣਾ ਸਿੱਖਿਆ ਨੂੰ ਦਿਲਚਸਪ ਸਮਝਣ ਵਿੱਚ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਿੱਖਿਆਕ ਆਕਰਸ਼ਕ ਬਣਾਉਣ ਲਈ ਅਧਿਆਪਕ ਦੀ ਸਹਾਇਤਾ ਕਰਨ ਲਈ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਪਾਠ ਕਰਮ ਦੀਆਂ ਇਹਨਾਂ ਗਤੀਵਿਧੀਆਂ ਨੇ ਉਹਨਾਂ ਨੂੰ ਪੜਾਉਣ ਵਿੱਚ ਇਸ ਲਈ ਵਰਤਿਆ ਜਾਂਦਾ ਹੈ ਤਾਂ ਜੋ ਉਹਦੇ ਨਾਲ ਸਿੱਖਿਆ ਨੂੰ ਦਿਲਚਸਪ ਬਣਾਇਆ ਜਾਵੇ ਸਮਝਣ ਵਿੱਚ ਆਸਾਨ ਹੋ ਜੇ ਜਿਹੜੀ ਅਸੀਂ ਸਿੱਖਿਆ ਦੇਣੀ ਹੈ ਤੇ ਪ੍ਰਭਾਵਸ਼ਾਲੀ ਬਣ ਜੇ ਬੱਚਿਆਂ ਦਾ ਧਿਆਨ ਕੇਂਦਰਿਤ ਕਰੇ ਅਗਲਾ ਪ੍ਰਸ਼ਨ ਦੇਖਦੇ ਜੀ 11 ਨੰਬਰ ਵਿਦਿਆਕ ਪ੍ਰਕਿਰਿਆ ਦੇ ਤਿੰਨ ਅੰਗ ਕਿਹੜੇ ਨੇ ਜੀ ਹੇਠ ਲਿਖਿਆਂ 'ਚ ਉਹ ਵਿਦਿਆਕ ਪ੍ਰਕਿਰਿਆ ਦੇ ਤਿੰਨ ਅੰਗ ਕਿਹੜੇ-ਕਿਹੜੇ ਨੇ ਸਿੱਖਿਆ ਅਧਿਆਪਕ ਅਤੇ ਕਿਤਾਬਾਂ ਅਧਿਆਪਕ ਵਿਦਿਆਰਥੀ ਅਤੇ ਸਿੱਖਿਆ ਸਿਖਾਉਣਾ ਸਿੱਖਣਾ ਅਤੇ ਅਭਿਆਸ ਕਰਨਾ ਦਿਸ਼ਾ ਨਿਰਦੇਸ਼ ਅਤੇ ਹੁਨਰ ਸੋ ਦੋਸਤੋ ਵਿਦਿਆਕ ਪ੍ਰਕਿਰਿਆ ਦੇ ਤਿੰਨ ਅੰਗ ਨੇ ਜਿਹੜੇ ਆਪਸ਼ਨ ਨੰਬਰ 2 ਸਹੀ ਹੈ ਜੀ ਅਧਿਆਪਕ ਦਾ ਹੋਣਾ ਜ਼ਰੂਰੀ ਹੈ ਵਿਦਿਆਰਥੀ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਹੀ ਸਿੱਖਿਆ ਦਾ ਫਾਇਦਾ ਹੈ ਤੇ ਸਿੱਖਿਆ ਤਾਂ ਹੋਣੀ ਹੋਣੀ ਚਾਹੀਦੀ ਹੈ ਜੀ ਸੋ ਇਹ ਤਿੰਨ ਅੰਗ ਨੇ ਜ਼ਰੂਰੀ ਅੰਗ ਵਿਦਿਆ ਪ੍ਰਕਿਰਿਆ ਦੇ 12 ਨੰਬਰ ਪ੍ਰਸ਼ਨ ਦੋਸਤੋ ਇਸ ਪੜਾਅ ਵਿੱਚ ਬੱਚਿਆਂ ਨੂੰ ਆਪਣੇ ਵਿਵਹਾਰਾਂ ਅਤੇ ਆਪਣੇ ਹੱਕਾਂ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਜਾਂਦਾ ਹੈ ਪਹਿਲੀ ਵਾਰ ਉਹਨਾਂ ਦਾ ਸਾਹਮਣਾ ਆਪਣੀ ਸਮਾਜਿਕ ਦੁਨੀਆ ਨੂੰ ਵਧਾਉਣ ਵਾਲਾ ਹੈ ਐਰੈਕਸ਼ਨ ਦੇ ਮਨੋ ਸਮਾਜਿਕ ਸਿਧਾਂਤ ਦਾ ਪੜਾਅ ਹੈ ਸੋ ਦੋਸਤੋ ਐਰੈਕਸ਼ਨ ਮਨੋਵਿਗਿਆਨੀ ਹੋਇਆ ਜਿਹੜੇ ਉਹਨੇ ਮਨੋ ਸਮਾਜਿਕ ਸਿਧਾਂਤ ਦਿੱਤਾ ਸੀ ਜੀਵਨ ਨੂੰ 8 ਪੜਾਮਾ ਦੇ ਵਿੱਚ ਵੰਡਿਆ ਸੀ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਜਿਹੜੀ ਗੱਲ ਉਹਨਾਂ ਨੇ ਪੁੱਛੀ ਹੈ ਵੀ ਉਹ ਉਹਦੇ ਕਿਹੜੇ ਪੜਾ ਦੇ ਵਿੱਚ ਆਉਂਦੀ ਹੈ ਪ੍ਰਸ਼ਨ ਨੂੰ ਦੁਬਾਰੇ ਪੜਦੇ ਆਪਾਂ ਬੱਚੇ ਨੂੰ ਆਪਣੀਆਂ ਵਿਵਹਾਰ ਬੱਚੇ ਨੂੰ ਆਪਣੇ ਵਿਵਹਾਰ ਅਤੇ ਆਪਣੇ ਹੱਕਾਂ ਦੀ ਜ਼ਿੰਮੇਵਾਰੀ ਲੈਣ ਲਈ ਕਿਹਾ ਜਾਂਦਾ ਹੈ ਉਹ ਕਿਹੜਾ ਪੜਾ ਹੁੰਦਾ ਜਿੱਥੋਂ ਜਦੋਂ ਬੱਚੇ ਨੂੰ ਆਪਦੇ ਵਿਵਹਾਰ ਅਤੇ ਜ਼ਿੰਮੇਵਾਰੀਆਂ ਲੈਣ ਲਈ ਕਿਹਾ ਜਾਂਦਾ ਹੈ ਸਿੱਧੇ ਤਰੀਕੇ ਨਾਲ ਕਹਿ ਸਕਦੇ ਹਾਂ ਉਹਦਾ ਸਮਾਜਿਕ ਸਮਾਜਿਕੀਕਰਨ ਵਾਧਾ ਜਦੋਂ ਸਮਾਜਿਕ ਦੁਨੀਆ ਨਾਲ ਉਹਦਾ ਤਣਾਵਾਣਾ ਵਾਧਾ ਉਹ ਕਿਹੜਾ ਪੜਾ ਹੁੰਦਾ ਹੈ ਖੁਦਮੁਖਤਿਆਰੀ ਬਨਾਮ ਸ਼ਰਮ ਅਤੇ ਸੱਕ ਆਲਾਪੜਾ ਕੋਸ਼ਿਸ਼ ਬਨਾਮ ਅਤੇ ਦੋਸ਼ ਉਦਯੋਗ ਬਨਾਮ ਘਟੀਆਪਣ ਵਿਸ਼ਵਾਸ ਬਨਾਮ ਅਵਿਸ਼ਵਾਸ ਆਪਸ਼ਨ ਨੰਬਰ 2 ਸਹੀ ਹੈ ਜੀ ਰੈਕਸ਼ਨ ਦਾ ਇਹ ਪੜਾ ਉਪਰਲੀ ਥਿਉਰੀ ਨੂੰ ਕਵਰ ਕਰਦਾ ਹੈ ਕੋਸ਼ਿਸ਼ ਬਨਾਮ ਦੋਸ਼ ਅਗਲਾ ਪ੍ਰਸ਼ਨ ਦੇਖਦੇ ਹਾਂ 13 ਨੰਬਰ ਪ੍ਰਸ਼ਨ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਜੀਕਰਨ ਦੇ ਸਕੈਂਡਰੀ ਏਜੰਟ ਹਨ ਸਮਾਜੀਕਰਨ ਦੇ ਕਿਹੜੇ ਸਕੈਂਡਰੀ ਏਜੰਟ ਪੁੱਛਿਆ ਜੀ ਪ੍ਰਾਇਮਰੀ ਨਹੀਂ ਪੁੱਛਿਆ ਪ੍ਰਾਇਮਰੀ ਪਰਿਵਾਰ ਅਤੇ ਗੁਆਂਢੀ ਸਕੂਲ ਅਤੇ ਗੁਆਂਢ ਸਕੂਲ ਅਤੇ ਨੇੜਲੇ ਪਰਿਵਾਰਕ ਮੈਂਬਰ ਪਰਿਵਾਰ ਅਤੇ ਰਿਸ਼ਤੇਦਾਰ ਸੋ ਦੋਸਤੋ ਆਪਸ਼ਨ ਨੰਬਰ 2 ਸਹੀ ਹੈ ਜੀ ਜਿਹੜੇ ਬੱਚੇ ਦੇ ਸਮਾਜੀਕਰਨ ਦੇ ਸਕੈਂਡਰੀ ਏਜੰਟ ਨੇ ਉਹ ਸਕੂਲ ਤੇ ਗੁਆਂਢ ਹੁੰਦੇ ਨੇ ਜਿਹੜਾ ਉਹਨਾਂ ਦਾ ਪ੍ਰਾਇਮਰੀ ਹੈ ਹੁੰਦਾ ਏਜੰਟ ਸਮਾਜੀਕਰਨ ਦਾ ਉਹਦਾ ਪਰਿਵਾਰ ਹੁੰਦਾ ਤੇ ਜਿਹੜੇ ਗੁਆੜ ਰਿਸ਼ਤੇਦਾਰ ਗਲੀ ਮੁਹੱਲਾ ਆ ਜਾਂਦਾ ਉਹ ਸੈਕੰਡਰੀ ਏਜੰਟ ਦੇ ਰੋਲ 'ਚ ਆ ਜਾਂਦੇ ਨੇ ਜਿਵੇਂ ਸਕੂਲ ਅਗਲਾ ਪ੍ਰਸ਼ਨ ਦੇਖਦੇ ਆ ਮਾਈਂਡ ਇਨ ਸੋਸਾਇਟੀ ਪੁਸਤਕ ਦਾ ਲੇਖਕ ਕੌਣ ਹੈ ਵੈਰੀ ਵੈਰੀ ਇੰਪੋਰਟੈਂਟ ਪੁਸਤਕ ਹੈ ਜੀ ਇਹ ਬਹੁਤ ਵਾਰ ਪੇਪਰਾਂ 'ਚ ਪੁੱਛੀ ਗਈ ਆ ਆ ਧਿਆਨ ਨਾਲ ਕਰਨਾ ਪ੍ਰਸ਼ਨ ਨੂੰ ਪਿਆਜੇ ਕੋਲਵਰਗ ਵਾਇਗੋਸਕੀ ਬੰਡੂਰਾ ਸੋ ਦੋਸਤੋ ਮੈਂ ਪਹਿਲਾਂ ਵੀ ਪ੍ਰਸ਼ਨ ਕਰਵਾਇਆ ਵੀ ਜਿੱਥੇ ਸੱਭਿਆਚਾਰ ਭਾਸ਼ਾ ਤੇ ਸਮਾਜ ਦੀ ਗੱਲ ਹੋਵੇ ਤਾਂ ਉਹ ਬਾਇਗੋਸਕੀ ਨਾਲ ਸੰਬੰਧਤ ਹੁੰਦੀ ਹੈ ਸੋ ਪ੍ਰਸ਼ਨ ਦੇ ਮੁਤਾਬਕ ਮਾਈਂਡ ਇਨ ਸੋਸਾਇਟੀ ਪੁਸਤਕ ਹੈ ਜਿਹੜੀ ਉਹ ਬਾਇਗੋਸਕੀ ਦੀ ਲਿਖੀ ਹੋਈ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆ 15 ਨੰਬਰ ਕਿਸ ਕਿਸ ਨੇ ਜ਼ੋਰਦਾਰ ਦਾਵਾ ਕੀਤਾ ਕਿ ਉਹ ਕਿਸੇ ਵਿਅਕਤੀ ਨੂੰ ਉਸ ਦੇ ਰੋਝਾਨਾ ਕਾਬਲੀਅਤਾਂ ਨਸਲ ਸੱਭਿਆਚਾਰ ਆਦਿ ਦੀ ਪ੍ਰਵਾਹ ਕੀਤੇ ਬਿਨਾ ਕੁਝ ਵੀ ਕਰਨ ਦੀ ਸਖਲਾਈ ਦੇ ਸਕਦਾ ਸੋ ਦੋਸਤੋ ਇੱਕ ਵਿਗਿਆਨੀ ਅਜਾਹਾ ਹੋਇਆ ਜਿਹੜੇ ਨੇ ਇਹ ਕਹਿ ਦਿੱਤਾ ਸੀ ਵੀ ਤੁਸੀਂ ਮੈਨੂੰ ਬੱਚਾ ਦਿਓ ਜਿਹੋ ਜਿਹਾ ਤੁਸੀਂ ਚਾਹੋਗੇ ਮੈਂ ਉਹਨੂੰ ਉਹੋ ਜਿਹਾ ਹੀ ਬਣਾ ਦੇਵਾਂਗਾ ਸੋ ਪ੍ਰਸ਼ਨ ਨੂੰ ਬਾ ਦੁਬਾਰਾ ਪੜਦੇ ਆ ਇਹ ਪ੍ਰਸ਼ਨ ਉਸੇ ਦੇ ਅਕੋਰਡਿੰਗ ਹੀ ਹੈ ਕਿਹੜੇ ਵਿਗਿਆਨੀ ਨੇ ਦਾਵਾ ਕੀਤਾ ਕਿ ਕਿਸੇ ਵਿਅਕਤੀ ਦੇ ਰੁਝਾਨਾ ਜਿਹੜੇ ਉਹਨਾਂ ਦੇ ਰੁਝਾਨ ਹੁੰਦੇ ਨੇ ਦਿੱਲੀ ਦੇ ਉਹਦੀ ਕਾਬਲੀਅਤ ਹੁੰਦੀ ਹੈ ਉਹਦੀ ਆਪਦੀ ਨਸਲ ਜਿਹੜੀ ਨਸਲ ਦਾ ਹੈ ਉਹਨਾਂ ਦਾ ਜਿਹੜਾ ਸੱਭਿਆਚਾਰ ਹੈ ਉਹ ਬੱਚੇ ਦਾ ਜਿਹੜੇ ਜਿਹੜੇ ਸੱਭਿਆਚਾਰ ਚੋਂ ਉਹ ਪੈਦਾ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੀ ਉਹ ਪਰਵਾਹ ਨਹੀਂ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਦੀ ਪਰਵਾਹ ਕੀਤੇ ਬਿਨਾ ਉਹ ਉਹਨੂੰ ਕੁਝ ਵੀ ਕਰਨ ਦੀ ਸਖਲਾਈ ਦੇ ਸਕਦਾ ਇਹ ਕਿਹੜੇ ਮਨੋਵਿਗਿਆਨੀ ਨੇ ਕਿਹਾ ਸੀ ਸੋ ਦੋਸਤੋ ਇਹ ਬਾਟਸਨ ਨੇ ਕਿਹਾ ਸੀ ਜੀ ਬਰੀ ਇਪੋਰਟੈਂਟ ਪ੍ਰਸ਼ਨ ਹੈ ਵਾਟਸਨ ਇਹ ਕਹਿੰਦਾ ਸੀ ਮੈਨੂੰ ਇੱਕ ਬੱਚਾ ਦਿਓ ਜਿਹੋ ਜਿਹਾ ਤੁਸੀਂ ਕਹੋਗੇ ਮੈਂ ਉਹਨੂੰ ਉਹੇ ਜਿਹੀ ਬਣਾ ਦੇਵਾਂਗਾ ਸੋ ਵਾਟਸਨ ਨੇ ਹੀ ਬਿਹੋਯਾਰ ਬਾਤ ਜਿਹੜਾ ਮਨੋਵਿਗਿਆਨ ਦਾ ਜਿਹੜਾ ਸਿਧਾਂਤ ਲੈ ਕੇ ਆਂਦਾ ਸੋ ਦੋਸਤੋ ਇਹ ਹਨ 15 ਵੈਰੀ ਇੰਪੋਰਟੈਂਟ ਐਮਸੀਕਿਊ ਜੋ ਕਿ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਸੀ ਤੇ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਤੁਹਾਡੇ ਲਈ ਬੜੇ ਲਾਹੇਵੰਦ ਹੋਣਗੇ ਸੋ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਨਵੀਆਂ ਵੀਡੀਓਜ਼ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਆ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ ਮਿਲਦੇ ਆ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ